ਸੁਲਤਾਨ ਮਲਟੀਮੀਡੀਆ 786 ਚੈਨਲ ਨਾਲ ਜੁੜੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ। ਸਤਿ ਸੰਗਤ ਜੀ, ਸਾਨੂੰ ਕਈਆਂ ਭੈਣਾਂ ਦੇ ਭਰਾਵਾਂ ਦੇ ਮੈਸੇਜ ਅਤੇ ਕਮੈਂਟ ਵੀ ਆਏ ਕਿ ਅਸੀਂ ਪੀਰ ਦੀ ਸੇਵਾ ਕਰਦੇ ਹਾਂ, ਉਸਦੇ ਦਰਬਾਰ 'ਤੇ ਜਾਂਦੇ ਹਾਂ, ਪਰ ਪੀਰ ਸਾਡੀਆਂ ਸੁੱਖਣਾ ਪੂਰੀਆਂ ਨਹੀਂ ਕਰਦਾ। ਇੰਝ ਲੱਗਦਾ ਜਿਵੇਂ ਪੀਰ ਸਾਡੇ ਨਾਲ ਰੁੱਸਿਆ ਹੋਵੇ। ਅਤੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਆਪਣੇ ਆਪਣੇ ਪੀਰ ਨੂੰ ਮਨਾਉਣ ਦਾ ਇੱਕ ਸੌਖਾ ਜਿਹਾ ਢੰਗ ਦੱਸਾਂਗੇ। ਜੇ ਤੁਸੀਂ ਇਸ ਢੰਗ ਨੂੰ ਚੰਗੀ ਤਰ੍ਹਾਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਵੋ ਤਾਂ ਪੀਰ ਤੁਹਾਡੀਆਂ ਸੁੱਖਾਂ ਜ਼ਰੂਰ ਪੂਰੀਆਂ ਕਰੂਗਾ, ਤੁਹਾਡੇ ਦੁੱਖਾਂ ਦਰਦਾਂ ਨੂੰ ਕਲੇਸ਼ਾਂ ਨੂੰ ਘਰ ਦੇ ਵਿੱਚੋਂ ਜ਼ਰੂਰ ਦੂਰ ਕਰੂਗਾ। ਸੋ ਹੱਥ ਜੋੜ ਕੇ ਬੇਨਤੀ ਹੈ, ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ। ਅੱਜ ਦੀ ਵੀਡੀਓ ਮੈਂ ਕੋਈ ਸੁਣੀ ਸੁਣਾਈ ਗੱਲ ਨਹੀਂ ਤੁਹਾਨੂੰ ਦੱਸਣ ਲੱਗਾ, ਜੋ ਮੇਰੇ ਨਾਲ ਹੋਇਆ ਮੈਂ ਆਪਣਾ ਖੁਦ ਦਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਹਾਂ। ਮੈਂ ਵੀ ਪਹਿਲਾਂ ਇੱਦਾਂ ਹੀ ਸੋਚਦਾ ਸੀ ਕਿ ਪੀਰ ਕੁਝ ਨਹੀਂ ਦਿੰਦੇ ਅਤੇ ਮੈਂ ਇੰਨੀਆਂ ਮਿਹਨਤਾਂ ਕਰਦਾ ਹਾਂ, ਇੰਨਾ ਚਿਰ ਹੋ ਗਿਆ ਮੈਨੂੰ ਸੇਵਾ ਕਰਦੇ ਨੂੰ, ਪਰ ਮੈਨੂੰ ਕੁਝ ਨਹੀਂ ਦਿੱਤਾ। ਪਰ ਨਹੀਂ, ਮੈਨੂੰ ਕਿਸੇ ਨੇ ਕੁਝ ਗੱਲਾਂ ਸਮਝਾਈਆਂ ਅਤੇ ਮੈਂ ਉਹਨਾਂ ਗੱਲਾਂ 'ਤੇ ਕਾਇਮ ਰਿਹਾ ਅਤੇ ਅੱਜ ਪੀਰ ਨੇ ਮੈਨੂੰ ਸਾਰਾ ਕੁਛ ਬਖਸ਼ਿਆ, ਮੇਰਾ ਚੈਨਲ ਮੋਨੀਟਾਈਜ਼ ਆ ਅਤੇ ਪੀਰ ਨੇ ਘਰ ਵਿੱਚ 9 ਨਿਦਾ 12 ਸਿੱਧਾ ਕੀਤੀਆਂ ਹੋਈਆਂ ਹਨ। ਅਤੇ ਇਹ ਮੇਰੇ ਨਾਲ ਕਿੱਦਾਂ ਹੋਇਆ, ਮੇਰੇ 'ਤੇ ਪੀਰ ਕਿੱਦਾਂ ਬੌੜਿਆ, ਕਿੱਦਾਂ ਮੇਰਿਆਂ ਦੁੱਖਾਂ ਕਲੇਸ਼ਾਂ ਨੂੰ ਦੂਰ ਕੀਤਾ, ਉਹ ਗੱਲਾਂ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗਾ। ਅਤੇ ਜੇ ਤੁਸੀਂ ਵੀ ਇਹਨਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਤਾਰੋਗੇ ਤਾਂ 100% ਗਰੰਟੀ ਆ ਕਿ ਵੀ ਤੁਹਾਡੀਆਂ ਸਾਰਿਆਂ ਦੀਆਂ ਆਸਾਂ ਮੁਰਾਦਾਂ ਜ਼ਰੂਰ ਪੂਰੀਆਂ ਕਰੂਗਾ। ਸੋ ਸਾਧ ਸੰਗਤ ਜੀ, 100 ਦੇ ਵਿੱਚੋਂ 98 ਬੰਦੇ ਅਸੀਂ ਜਦੋਂ ਘਰੋਂ ਪੀਰਾਂ ਦੇ ਦਰਵਾਲੇ ਤੁਰਦੇ ਹਾਂ ਅਤੇ ਸਾਡੇ ਮਨ ਦੇ ਵਿੱਚ ਅਨੇਕਾਂ ਪ੍ਰਕਾਰ ਦੀਆਂ ਗੱਲਾਂ ਚੱਲ ਰਹੀਆਂ ਹੁੰਦੀਆਂ ਹਨ, ਕੁਝ ਚੰਗੀਆਂ ਕੁਝ ਮਾੜੀਆਂ, ਅਤੇ ਰਸਤੇ ਦੇ ਵਿੱਚ ਆਉਂਦਿਆਂ ਵੀ ਸਾਡੇ ਮਨ ਦੇ ਵਿੱਚ ਕਈ ਗਲਤ ਵਿਚਾਰ ਆਉਂਦੇ ਹਨ ਅਤੇ ਉਹਨਾਂ ਵਿਚਾਰਾਂ ਦੇ ਨਾਲ ਹੀ ਆਪਾਂ ਪੀਰਾਂ ਦੇ ਦਰਬਾਰ 'ਤੇ ਜਾਂਦੇ ਹਾਂ, ਸਲਾਮ ਕਰਦੇ ਹਾਂ। ਸਤਿ ਸੰਗਤ ਜੀ, ਪੀਰ ਤਾਂ ਆਪ ਜਾਣੀ ਜਾਣਨੇ, ਜਦੋਂ ਅਸੀਂ ਘਰੋਂ ਤੁਰਦੇ ਹਾਂ ਪੀਰ ਨੂੰ ਪਤਾ ਹੁੰਦਾ ਆ ਇਹ ਮੇਰੇ ਦਰਬਾਰ 'ਤੇ ਆਉਣ ਲੱਗਾ, ਇਹਦੇ ਮਨ ਵਿੱਚ ਕੀ ਚੱਲਦਾ ਹੈ। ਜਦੋਂ ਸਾਡੇ ਮਨ ਦੇ ਵਿੱਚ ਗਲਤ ਵਿਚਾਰ ਚੱਲ ਪਏ ਤਾਂ ਸਾਡਾ ਸਲਾਮ ਉੱਥੇ ਹੀ ਬੇਅਰਥ ਹੋ ਜਾਂਦਾ ਹੈ, ਪੀਰ ਦੇ ਦਰਬਾਰ 'ਤੇ ਜਾਣ ਦਾ ਕੋਈ ਮਤਲਬ ਨਹੀਂ ਬਣਦਾ, ਕਿਉਂਕਿ ਪੀਰ ਨੂੰ ਤਾਂ ਸਾਡੇ ਪਲ ਪਲ ਦੀ ਖਬਰ ਹੈ, ਸਾਡੇ ਮਨ ਦੇ ਵਿੱਚ ਕੀ ਚੱਲ ਰਿਹਾ, ਸਾਡੇ ਦਿਲ ਦੇ ਵਿੱਚ ਕੀ ਹੈ, ਉਸ ਨੂੰ ਸਾਰਾ ਕੁਝ ਪਤਾ ਹੈ। ਸੋ ਇਸ ਲਈ ਇੱਥੇ ਹੀ ਆਪਾਂ ਗਲਤ ਹੋ ਜਾਂਦੇ ਹਾਂ ਅਤੇ ਦਰਬਾਰ 'ਤੇ ਜਾ ਕੇ ਅਸੀਂ 10 ਰੁਪਈਏ ਚਾੜ ਕੇ ਹਜ਼ਾਰਾਂ ਸੁੱਖਾਂ ਸੁੱਖ ਲੈਂਦੇ ਹਾਂ ਪੀਰ ਅੱਗੇ। ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰਦਾ ਕਿ ਸਾਨੂੰ ਪੀਰ ਅੱਗੇ ਕੁਝ ਮੰਗਣਾ ਨਹੀਂ ਚਾਹੀਦਾ, ਸਾਨੂੰ ਮੰਗਣਾ ਚਾਹੀਦਾ ਕਿਉਂਕਿ ਅਸੀਂ ਪੀਰ ਤੋਂ ਹੀ ਮੰਗਣਾ ਹੈ ਜਿਹਦੇ ਲੜ ਲੱਗੇ ਹਾਂ, ਪਰ ਕੋਈ ਮੰਗਣ ਦਾ ਤਰੀਕਾ ਹੁੰਦਾ ਹੈ ਅਤੇ ਉਸ ਤਰੀਕੇ ਨਾਲ ਮੰਗੋ, ਫਿਰ ਪੀਰ ਜ਼ਰੂਰ ਦਿੰਦਾ ਹੈ। ਜਦੋਂ ਆਪਾਂ ਘਰੋਂ ਤੁਰੀਏ ਸਾਰੀਆਂ ਟੈਨਸ਼ਨਾਂ ਸਾਰੇ ਝੇੜੇ ਸਾਰੀਆਂ ਗਲਤ ਗੱਲਾਂ ਆਪਣੇ ਮਨ ਦੇ ਵਿੱਚੋਂ ਕੱਢ ਦਿਓ ਅਤੇ ਸਿਰਫ ਜਿੱਥੇ ਨੂੰ ਤੁਸੀਂ ਤੁਰੇ ਹੋ ਪੀਰ ਦੇ ਦਰਬਾਰ ਨੂੰ, ਸਿਰਫ ਉਹਦਾ ਹੀ ਟੀਚਾ ਆਪਣੇ ਮਨ ਦੇ ਵਿੱਚ ਰੱਖੋ ਅਤੇ ਰਸਤੇ ਦੇ ਵਿੱਚ ਜਾਂਦਿਆਂ ਵੀ ਤੁਹਾਨੂੰ ਨੇਕਾ ਦੁਨੀਆ ਮਿਲੂਗੀ। ਕਿਸੇ ਲਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਗਲਤ ਵਿਚਾਰ ਨਹੀਂ ਆਪਣੇ ਮਨ ਦੇ ਵਿੱਚ ਰੱਖਣਾ ਅਤੇ ਸਿੱਧਾ ਬਾਬੇ ਦੇ ਦਰਬਾਰ 'ਤੇ ਪਹੁੰਚ ਕੇ ਅਤੇ ਜਦੋਂ ਆਪਾਂ ਉਹਦੇ ਚਿਰਾਗਾਂ ਦੇ ਵਿੱਚ ਤੇਲ ਪਾਵਾਂਗੇ, ਕਈ ਵਾਰੀ ਆਪਾਂ ਮੈਂ ਦੇਖਿਆ ਹੈ ਆਪਾਂ ਇੱਕ ਹੱਥ ਦੇ ਨਾਲ ਚਿਰਾਗਾਂ ਵਿੱਚ ਤੇਲ ਪਾਉਂਦੇ ਹਾਂ, ਨਹੀਂ, ਸਾਨੂੰ ਦੋਨਾਂ ਹੱਥਾਂ ਨਾਲ ਆਪਣੀ ਤੇਲ ਵਾਲੀ ਬੋਤਲ ਫੜ ਕੇ ਚਿਰਾਗਾਂ ਦੇ ਵਿੱਚ ਤੇਲ ਪਾਉਣਾ ਚਾਹੀਦਾ ਹੈ ਅਤੇ ਤੇਲ ਪਾਉਣ ਤੋਂ ਬਾਅਦ ਪੀਰ ਦੇ ਦਰਬਾਰ 'ਤੇ ਝੁੱਕ ਕੇ ਸਲਾਮ ਕਰੋ ਅਤੇ ਉਸਦੀ ਫਰਿਆਦ ਕਰੋ। ਕਦੇ ਕਿਸੇ ਲਈ ਕੋਈ ਗਲਤ ਚੀਜ਼ ਨਾ ਮੰਗੋ, ਆਪਣੇ ਲਈ ਜੋ ਵੀ ਮੰਗਣਾ ਹੈ, ਕਿਉਂਕਿ ਪੀਰ ਤਾਂ ਆਪ ਜਾਣੀ ਜਾਣ ਹੈ, ਉਸਨੂੰ ਪਤਾ ਹੈ ਤੁਸੀਂ ਉਸਦੇ ਦਰਬਾਰ 'ਤੇ ਕੀ ਮੰਗਣ ਆਏ ਹੋ। ਬਸ ਕੀ
ਤੁਹਾਡਾ ਇੱਕ ਦਿਲ ਸੱਚਾ ਹੋਣਾ ਚਾਹੀਦਾ ਹੈ। ਜਦੋਂ ਤੁਹਾਡੇ ਸੱਚੇ ਦਿਲੋਂ ਤੁਹਾਡੇ ਅੰਦਰੋਂ ਉਹ ਫਰਿਆਦ ਨਿਕਲੂਗੀ, ਇਹ ਹੋ ਹੀ ਨਹੀਂ ਸਕਦਾ ਕਿ ਪੀਰ ਤੁਹਾਡੀ ਦੁਆ ਕਬੂਲ ਨਾ ਕਰੇ। ਪੀਰ ਦੁਆ ਜ਼ਰੂਰ ਕਬੂਲ ਕਰਦਾ ਹੈ। ਪੀਰ ਨੂੰ ਮਨਾਉਣ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਆਪਣੇ ਮਨ ਨੂੰ ਨਿਰਮਲ ਕਰਨਾ। ਮਨ ਨਿਰਮਲ ਉਦੋਂ ਹੁੰਦਾ ਹੈ ਜਦੋਂ ਆਪਾਂ ਸੱਚੀ ਨੇਚਾ ਦੇ ਨਾਲ ਪੀਰ ਵੱਲ ਧਿਆਨ ਕਰਦੇ ਹਾਂ। ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਆਹ ਛੱਡ ਦਿਓ, ਉਹ ਛੱਡ ਦਿਓ, ਨਹੀਂ। ਹੋ ਜਿੱਥੋਂ ਤੱਕ ਹੋ ਸਕੇ ਸੱਚੇ ਮਨ ਦੇ ਨਾਲ ਪੀਰ ਦੇ ਦਰਬਾਰ 'ਤੇ ਸਲਾਮ ਕਰੋ, ਬਸ ਇਹੀ ਚਾਹੀਦਾ ਹੈ। ਕਿਸੇ ਲਈ ਵੀ ਕੋਈ ਗਲਤ ਵਿਚਾਰ ਨਾ ਆਪਣੇ ਮਨ ਦੇ ਵਿੱਚ ਰੱਖੋ ਅਤੇ ਉਸਦੇ ਦਰਬਾਰ 'ਤੇ ਜਾ ਕੇ ਸਿੱਧਾ ਪੀਰ ਨੂੰ ਸਲਾਮ ਕਰੋ ਸੱਚੇ ਦਿਲੋਂ। ਜੇ ਤੁਹਾਨੂੰ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਕਹਿੰਦਾ ਹੈ ਕਿ ਤੂੰ ਪੀਰਾਂ ਦੇ ਦਰਬਾਰ 'ਤੇ ਕਿਉਂ ਜਾਂਦਾ ਹੈ, ਤੈਨੂੰ ਉੱਥੋਂ ਕੀ ਮਿਲਦਾ ਹੈ, ਤੈਨੂੰ ਅੱਜ ਤੱਕ ਕੀ ਦਿੱਤਾ ਹੈ, ਤੁਸੀਂ ਕਦੀ ਵੀ ਕਿਸੇ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ। ਜਿਸ ਵੀ ਪੀਰ ਨੂੰ ਮੰਨਦੇ ਹੋ ਉਸਦੇ ਦਰਬਾਰ 'ਤੇ ਬੈਠੇ ਰਹੋ, ਕਦੀ ਨਾ ਕਦੀ ਪੀਰ ਦੀ ਨਿਗਾਹ ਤੁਹਾਡੇ 'ਤੇ ਜ਼ਰੂਰ ਪਊਗੀ। ਇਹ ਵੀ ਨਹੀਂ ਸੋਚਣਾ ਕਿ ਸਾਨੂੰ ਕਿੰਨਾ ਚਿਰ ਹੋ ਗਿਆ ਜਾਂਦਿਆਂ ਨੂੰ ਅਤੇ ਪੀਰ ਸਾਡੇ ਸੁੱਖਣਾ ਨਹੀਂ ਪੂਰੀ ਕਰਦਾ। ਹੁਣ ਆਪਾਂ ਤਾਂ ਆਮ ਜਿਹੇ ਇਨਸਾਨ ਹਾਂ, ਸਾਤੋਂ ਸੇਵਾ ਕਰਦਿਆਂ ਕਰਦਿਆਂ ਵੀ ਅਨੇਕਾਂ ਗਲਤੀਆਂ ਹੋ ਜਾਂਦੀਆਂ ਹਨ, ਪਰ ਉਹਦੇ ਬਾਰੇ ਸਾਨੂੰ ਨਹੀਂ ਪਤਾ, ਉਹ ਸਿਰਫ ਪੀਰ ਨੂੰ ਪਤਾ ਹੁੰਦਾ ਹੈ। ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਸਾਡੀ ਸੁੱਖ ਕਾਹਤੇ ਨਹੀਂ ਪੂਰੀ ਹੁੰਦੀ ਹੈ, ਉਹ ਸਿਰਫ ਪੀਰ ਨੂੰ ਪਤਾ ਹੈ। ਸੋ ਇਸੇ ਕਰਕੇ ਮੈਂ ਤੁਹਾਨੂੰ ਕਹਿੰਦਾ ਹਾਂ, ਜੋ ਵੀ ਕਰਨਾ ਹੈ ਸੱਚੇ ਮਿਲੋ, ਸੱਚੇ ਦਿਲੋਂ ਮਨ ਪਵਿੱਤਰ ਕਰਕੇ ਹੀ ਕਰਨਾ ਹੈ, ਤਾਂ ਇੱਕ ਨਾ ਇੱਕ ਦਿਨ ਪੀਰ ਦੀ ਨਿਗਾਹ ਤੁਹਾਡੇ 'ਤੇ ਜ਼ਰੂਰ ਪਊਗੀ। ਤੁਹਾਨੂੰ ਹਜ਼ਾਰਾਂ ਦੁਨੀਆ ਉੱਥੇ ਜਾਣ ਤੋਂ ਰੋਕੇ, ਪਰ ਤੁਸੀਂ ਰੁਕਣਾ ਨਹੀਂ। ਜੇ ਤੁਹਾਡਾ ਮਨ ਡੋਲਿਆ ਤਾਂ ਤੁਹਾਡੀ ਪਹਿਲੀ ਸੇਵਾ ਕੀਤੀ ਉਹ ਵੀ ਸਾਰੀ ਬੇਅਰਥ ਜਾਣੀ ਹੈ, ਕਿਉਂਕਿ ਕੀ ਪਤਾ ਹੁਣ ਮੂਹਰੇ ਸਾਡਾ ਟਾਈਮ ਸ਼ਾਇਦ ਉਹ ਆ ਰਿਹਾ ਸੀ ਕਿ ਸਾਡੀ ਸੁਣਨ ਵਾਲਾ ਸੀ ਅਤੇ ਆਪਾਂ ਡੋਲ ਗਏ। ਨਹੀਂ, ਸਾਨੂੰ ਕੋਈ ਵੀ ਜਿੰਨਾ ਵੀ ਰੋਕੇ ਆਪਾਂ ਡੋਲਣਾ ਨਹੀਂ ਅਤੇ ਬਸ ਪੀਰ ਦੇ ਚਰਨਾਂ ਦੇ ਨਾਲ ਲੱਗੇ ਰਹਿਣਾ। ਜੇ ਅਸੀਂ ਲੱਖ ਦਾ ਅਤੇ ਪੀਰ ਦੇ ਮਰੀਦ ਹਾਂ ਅਤੇ ਉਸਦੇ ਦਰਬਾਰ 'ਤੇ ਜਾਣ ਵੇਲੇ ਉਸਦੇ ਦਰਬਾਰ 'ਤੇ ਚੜ੍ਹਾਉਣ ਲਈ ਆਪਾਂ ਫੁੱਲੀਆਂ ਪਤਾਸਿਆਂ ਦਾ ਪ੍ਰਸ਼ਾਦ ਲਿਜਾ ਸਕਦੇ ਹਾਂ, ਰੋੜਿਆਂ ਦਾ ਪ੍ਰਸ਼ਾਦ ਲਿਜਾ ਸਕਦੇ ਹਾਂ ਅਤੇ ਬੇਸਣ ਦਾ ਪ੍ਰਸ਼ਾਦ ਲਿਜਾ ਸਕਦੇ ਹਾਂ ਅਤੇ ਭੈਰੋ ਲਈ ਕੱਚੀ ਤੇਲ ਦੀ ਕੜਾਹੀ ਆਪਾਂ ਬਣਾ ਕੇ ਲਿਜਾ ਸਕਦੇ ਹਾਂ ਅਤੇ ਚਿਰਾਗਾਂ ਵਿੱਚ ਤੇਲ ਪਾਉਣ ਅਤੇ ਇਹ ਚੀਜ਼ਾਂ ਚਾੜ੍ਹਨ ਦੇ ਨਾਲ ਹੀ ਪੀਰ ਸਾਡੇ 'ਤੇ ਸੱਤੇ ਰਹਿਮਤਾਂ ਵਰਸਾਉਂਦਾ ਹੈ। ਅਤੇ ਜਦੋਂ ਵੀ ਧੂਫ ਪਾਈਏ ਆਪਾਂ, ਜਦੋਂ ਅੱਗ ਦਾ ਧੂਫ ਪਾਉਂਦੇ ਹਾਂ ਅਤੇ ਅੱਗ ਲਿਜਾ ਕੇ ਉਹਦਾ ਧੂਫ ਪਾਓ, ਪਹਿਲਾਂ ਦੇਸੀ ਘੇ ਦਾ ਉੱਪਰ ਧੂਫ ਪਾਓ, ਫਿਰ ਬਾਅਦ ਵਿੱਚ ਦੇਸੀ ਤੇਲ ਦਾ ਵੀ ਜ਼ਰੂਰ ਪਾਓ, ਦੇਸੀ ਘੇ ਦਾ ਲੱਖ ਦਾ ਅਤੇ ਪੀਰ ਦਾ ਅਤੇ ਦੇਸੀ ਤੇਲ ਦਾ ਭੈਰੋਂ ਬਲੀ ਦਾ, ਅਤੇ ਜਿਹੜਾ ਵੀ ਪ੍ਰਸ਼ਾਦ ਆਪਾਂ ਲੈ ਕੇ ਆਏ ਹਾਂ ਉਹਦੇ ਵਿੱਚੋਂ ਥੋੜ੍ਹਾ ਜਿਹਾ ਉਸ ਅੱਗ 'ਤੇ ਪਾਓ ਅਤੇ ਬਾਅਦ ਵਿੱਚ ਪੀਰ ਦੀ ਫਰਿਆਦ ਕਰੋ ਅਤੇ ਪੀਰ ਤੁਹਾਡੀ ਜ਼ਰੂਰ ਸੁਣੇਗਾ। ਅਤੇ ਜੇ ਆਪਾਂ ਗੌਂਸ ਪਾਕ ਸਰਕਾਰ ਦੇ ਮਰੀਦ ਹਾਂ ਅਤੇ ਉਸਦੀ ਹਰ ਮਹੀਨੇ 11ਵੀਂ 'ਤੇ ਨਿਆਜ ਦੇਣੀ ਚਾਹੀਦੀ ਹੈ ਅਤੇ ਜਿੱਥੋਂ ਤੱਕ ਹੋ ਸਕੇ ਹਰ ਵੀਰਵਾਰ, ਜੇ ਹਰ ਵੀਰਵਾਰ ਨਹੀਂ ਤਾਂ ਜੇਠੇ ਵੀਰਵਾਰ ਆਪਾਂ ਪੀਰ ਦੀ ਨਿਆਜ ਦੇਈਏ ਤਾਂ ਪੀਰ ਸਾਡੀਆਂ ਸਾਰੀਆਂ ਸਮਰਾਧਾਂ ਪੂਰੀਆਂ ਕਰਦਾ ਹੈ। ਕਹਿਣ ਦਾ ਭਾਵ ਹੈ, ਆਪਾਂ ਜਿਸ ਵੀ ਪੀਰ ਨੂੰ ਮੰਨਦੇ ਹਾਂ ਉਸਦੇ ਦਰਬਾਰ 'ਤੇ ਕੀ ਚੜ੍ਹਦਾ ਹੈ, ਉਹ ਪ੍ਰਸ਼ਾਦ, ਉਹ ਸਾਰੀਆਂ ਚੀਜ਼ਾਂ ਉਸਦੇ ਦਰਬਾਰ 'ਤੇ ਸੱਚੇ ਮਨੋਂ ਚਾੜੋ, ਉਹਦੇ ਚਿਰਾਗਾਂ ਵਿੱਚ ਤੇਲ ਪਾਓ ਅਤੇ ਪੀਰ ਤੁਹਾਡੀਆਂ ਸਾਰੀਆਂ ਸਮਰਾਧਾਂ ਜ਼ਰੂਰ ਪੂਰੀਆਂ ਕਰੂਗਾ, 100% ਗਰੰਟੀ ਆ। ਬਸ ਮਨ ਸੱਚਾ, ਇਸ਼ਕ ਸੱਚਾ ਰੱਖਿਓ, ਹੋਰ ਪੀਰ ਨੂੰ ਕੁਝ ਨਹੀਂ ਚਾਹੀਦਾ, ਉਸਨੂੰ ਤੁਹਾਡੇ ਪੈਸੇ ਨਹੀਂ ਚਾਹੀਦੇ, ਤੁਹਾਡਾ ਧੂਫ ਨਹੀਂ ਚਾਹੀਦਾ, ਤੁਹਾਡਾ ਕੁਝ ਨਹੀਂ ਚਾਹੀਦਾ, ਬਸ ਇਸ਼ਕ ਸੱਚਾ ਮੰਗਦਾ ਉਹ ਅਤੇ ਤੁਹਾਨੂੰ ਸਾਰਾ ਕੁਝ ਉਹ ਦਿੰਦਾ ਹੈ। ਸੋ ਮੈਨੂੰ ਵੀ ਪੀਰਾਂ ਦੇ ਦਰਬਾਰ ਤੋਂ ਇਸੇ ਤਰ੍ਹਾਂ ਹੀ ਸਾਰਾ ਕੁਝ ਮਿਲਿਆ, ਮੈਂ ਅੜਿਆ ਰਿਹਾ, ਮੈਂ ਡੋਲਿਆ ਨਹੀਂ ਅਤੇ ਪੀਰ ਨੇ ਮੈਨੂੰ ਸਾਰਾ ਕੁਝ ਦੇ ਦਿੱਤਾ। ਅਤੇ ਇਸੇ ਤਰ੍ਹਾਂ ਜੇ ਤੁਸੀਂ ਵੀ ਅੜੇ ਰਹੋਗੇ, ਡੋਲੂਗੇ ਨਹੀਂ ਅਤੇ ਪੀਰ ਦੇ ਦਰਬਾਰ 'ਤੇ ਸੱਚੇ ਮਨੋਂ ਸੇਵਾ ਕਰਦੇ ਰਹੋਗੇ,
ਤਾਂ ਪੀਰ ਤੁਹਾਡੀਆਂ ਜ਼ਰੂਰ ਸੁਣੂਗਾ। ਹੱਥ ਵਿੱਚ ਮਾਲਾ ਤਸਬੀਹ, ਦੋ ਦੋ ਚਾਰ ਚਾਰ ਘੰਟੇ ਬੈਠੇ ਰਹਿਣਾ, ਮਨ ਵਿੱਚ ਹੋਰ ਗੱਲਾਂ ਚੱਲਣੀਆਂ, ਭਗਤੀ ਕਰਨੀ ਆ ਪੀਰਾਂ ਦੀ, ਇਹ ਸਾਰਾ ਕੁਛ ਬੇਅਰਥ ਆ। ਇੱਦਾਂ ਦਾ ਕੁਝ ਵੀ ਕਰਨ ਦੀ ਲੋੜ ਨਹੀਂ। ਤੁਸੀਂ ਸਿਰਫ ਦੋ ਟਾਈਮ ਪੀਰ ਨੂੰ ਸਲਾਮ ਕਰੋ, ਭਾਵੇਂ ਇੱਕ ਘੜੀ ਸਲਾਮ ਕਰੋ, ਕਰੋ ਸੱਚੇ ਦਿਲੋਂ, ਫਿਰ ਦੇਖੋ ਤੁਹਾਡੀ ਜ਼ਿੰਦਗੀ ਕਿੱਦਾਂ ਬਦਲਦੀ ਆ। ਢਾਈ ਅਕਸ਼ਰ ਪ੍ਰੇਮ ਕੇ ਪੜ੍ਹੇ ਸੋ ਪੰਡਿਤ ਹੋਏ। ਸੋ ਬਸ ਪ੍ਰੇਮ ਨਾਲ ਜਾਣਾ, ਪ੍ਰੇਮ ਨਾਲ ਆਉਣਾ, ਹਰ ਇੱਕ ਦਾ ਭਲਾ ਕਰਨਾ, ਹਰ ਇੱਕ ਲਈ ਚੰਗੀ ਸੋਚ ਰੱਖਣੀ, ਬਸ ਇਹੀ ਚਾਹੀਦਾ, ਹੋਰ ਕੁਝ ਨਹੀਂ ਚਾਹੀਦਾ। ਫਿਰ ਦੇਖਿਓ ਤੁਹਾਡੀ ਜ਼ਿੰਦਗੀ ਕਿੱਦਾਂ ਬਦਲਦੀ ਹੈ। ਮੈਨੂੰ ਤੇਰੀ ਜਾਣ ਕੇ ਸਭ ਲੋਕ ਜਾਣਦੇ ਨੇ, ਮੈਂ ਤੇਰੀ ਹਾਂ ਸੱਜਣਾ ਸਭ ਲੋਕ ਪਛਾਣਦੇ ਨੇ, ਸੋਹਣੇ ਸੱਜਣਾ ਦੇ ਕਰਕੇ ਸਾਡੀ ਮਸ਼ਹੂਰੀ ਹੈ, ਸਾਡੀ ਹਰ ਗੱਲ ਵਿੱਚ ਸੱਜਣਾ ਤੇਰਾ ਜ਼ਿਕਰ ਜ਼ਰੂਰੀ ਹੈ। ਸੋ ਇਹਨਾਂ ਗੱਲਾਂ ਦੇ ਨਾਲ ਹੀ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਇਸ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ, ਤਾਂ ਜੋ ਹੋਰ ਦੁਖੀ ਲੋਕਾਂ ਦੇ ਕੋਲ ਇਹ ਵੀਡੀਓ ਪਹੁੰਚ ਸਕੇ ਅਤੇ ਉਹਨਾਂ ਦਾ ਵੀ ਉਧਾਰ ਹੋ ਸਕੇ। ਜੈਕਾਰਾ ਪੀਰਾਂ ਫਕੀਰਾਂ ਦਾ, ਬੋਲ ਸੱਚੇ ਦਰਬਾਰ ਕੀ ਜੈ।